ਐਡਮਿੰਟਨ ਦੇ ਵਿੱਚ ਵੀ ਫੋਰਟ ਮੈਕਮਰੀ ਦੇ ਪੀੜਤਾਂ ਦੀ ਮਦਦ ਕਰਨ ਲਈ ਪਾਕਿਸਤਾਨ ਐਂਡ ਕੈਨੇਡਾ ਐਸੋਸੀਏਸ਼ਨ ਸੰਸਥਾ ਨੇ ਇੱਕ ਫੰਡ ਰੇਜ਼ਿੰਗ ਪ੍ਰੋਗਰਾਮ ਕਰਵਾਇਆ। ਸੰਸਥਾ ਵੱਲੋਂ ਤਕਰੀਬਨ $1,00,000 ਇਕੱਠਾ ਕਰਨ ਦੀ ਸੋਚੀ ਗਈ ਸੀ, ਪਰ ਸੰਸਥਾ ਨੇ $1,54,290 ਇਕੱਠੇ ਕੀਤੇ ਨੇ। ਜਿਸ ਦਿਨ ਤੋਂ ਫੋਰਟ ਮੈਕਮਰੀ 'ਚ ਅੱਗ ਨਾਲ ਲੋਕ ਘਰੋਂ ਬੇਘਰ ਹੋਏ, ਉਸ ਦਿਨ ਤੋਂ ਹੀ ਕੈਨੇਡੀਅਨ ਮਦਦ ਲਈ ਤਤਪਰ ਹੋ ਗਏ। ਕੱਲ੍ਹ ਐਡਮਿੰਟਨ ਦੇ ਮਸ਼ਹੂਰ ਮਹਾਰਾਜਾ ਬੈਂਕਟ ਹਾਲ 'ਚ ਪਾਕਿਸਤਾਨ ਕੈਨੇਡਾ ਐਸੋਸੀਏਸ਼ਨ ਵੱਲੋਂ ਫੰਡ ਰੇਜ਼ਿੰਗ ਇਵੈਂਟ ਕੀਤਾ ਗਿਆ। ਅਲਬਰਟਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਜੀਨ ਜ਼ਵਾਡੈਸਕੀ ਅਤੇ ਸਾਬਕਾ ਡਿਪਟੀ ਪ੍ਰੀਮੀਅਰ ਟੋਮਸ ਲੋਕਾਜ਼ਕ ਹੋਰਾਂ ਵੱਲੋਂ MC ਦਾ ਰੋਲ ਨਿਭਾਇਆ ਗਿਆ। ਭਾਰੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਔਰ ਖੁਸ਼ੀ ਦੀ ਗੱਲ ਕਿ ਹਰ ਭਾਈਚਾਰੇ ਵਿੱਚੋਂ ਲੋਕ ਆਏ ਹੋਏ ਸਨ। ਮੌਜੂਦਾ ਸਰਕਾਰ ਦੀ ਮਿਨਿਸਟਰ ਕ੍ਰਿਸਟੀਨਾ ਗ੍ਰੇ ਅਤੇ ਰੌਡ ਲਯੋਲਾ ਹੁਰੀ ਵੀ ਆਏ ਹੋਏ ਸਨ। ਐਡਮਿੰਟਨ ਦੇ ਫਾਇਰ ਚੀਫ ਵੱਲੋਂ ਇਸ ਮਦਦ ਲਈ ਧੰਨਵਾਦ ਕੀਤਾ ਗਿਆ। Well, it's such a magnificent event. I certainly want to acknowledge all the volunteers, everyone who put this together. ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ $1,000 ਦੀ ਰਕਮ ਦਿੱਤੀ ਗਈ। ਚਰਨੀ ਬਰਾੜ ਹੋਰਾਂ ਨੇ ਦੱਸਿਆ, ਜਿਹੜੀ ਪੰਜਾਬੀ ਕਲਚਰਲ ਐਸੋਸੀਏਸ਼ਨ ਹੈ ਉਹਦੇ ਵੱਲੋਂ ਅਸੀਂ $1,000 ਇਸ ਪੋਡਮਰੀ ਜਿਹੜਾ ਹੋਇਆ ਹੈ ਉਹਦੇ ਵਾਸਤੇ ਅਸੀਂ ਡੋਨੇਟ ਕੀਤਾ। ਪਾਕਿਸਤਾਨ ਕੈਨੇਡਾ ਐਸੋਸੀਏਸ਼ਨ ਦੇ ਪ੍ਰਧਾਨ ਤਾਰਕ ਚੌਧਰੀ ਨੇ ਸਭ ਦਾ ਧੰਨਵਾਦ ਕੀਤਾ ਅਤੇ 1,60,000 ਤੋਂ ਵੱਧ ਦੀ ਰਕਮ ਇਕੱਠੀ ਕਰਕੇ ਰੈੱਡ ਕਰਾਸ ਨੂੰ ਦੇਣ ਦਾ ਕੰਮ ਨੇਪਰੇ ਚਾੜਿਆ। ਮੈਂ ਸਭ ਤੋਂ ਪਹਿਲਾਂ ਸਾਰੇ ਆਪਣੀ ਕਮਿਊਨਿਟੀ ਦਾ, ਪਾਕਿਸਤਾਨੀ, ਇੰਡੀਅਨ, ਕੈਨੇਡੀਅਨ ਸਭ ਕਮਿਊਨਿਟੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਬੜਾ ਸਾਥ ਦਿੱਤਾ ਸਾਡਾ। ਅਸੀਂ 1,60,000 ਦੇ ਕਰੀਬ ਆਲਮੋਸਟ ਰੇਜ਼ ਕੀਤਾ, ਪਲੱਸ ਸਮ ਮੋਰ ਟੂ ਕਮ। ਫੋਰ ਚੈਨਲ ਪੰਜਾਬੀ, ਕੁਲਮੀਤ ਸਿੰਘ ਸੰਘਾ, ਐਡਮਿੰਟਨ।